ਤੇ ਕਿਸ ਮਕਸਦ ਲਈ ਇਕੱਠੇ ਹੋਏ ਹੋ ਤੁਸੀਂ ਪੈਗਾਮ ਦੇ ਮੁਹੱਬਤ ਬਾਰੇ ਦੱਸ ਦਿਓ। ਇਸ ਤਰ੍ਹਾਂ ਹੈ, ਮੇਰਾ ਨਾਮ ਦਇਆ ਸਿੰਘ ਹੈ, ਮੈਂ ਕਨਵੀਨ ਕਰ ਰਿਹਾ ਇਸ ਯਾਤਰਾ ਨੂੰ। ਅਸੀਂ ਇਹ ਦਿੱਲੀ ਤੋਂ ਚੱਲ ਕੇ ਅਸੀਂ ਇਸ ਯਾਤਰਾ ਨੂੰ ਅੱਜ ਚੰਡੀਗੜ੍ਹ ਆਏ ਹਾਂ। ਕੱਲ੍ਹ ਅਸੀਂ ਗੁਰਦਾਸਪੁਰ ਹੋਣਾ, ਖੜਕਲ ਕਲਾਂ ਭਗਤ ਸਿੰਘ ਦੇ ਉਸ ਅਸਥਾਨ ਤੋਂ ਜਾ ਕੇ, ਉਸ ਤੋਂ ਬਾਅਦ ਅਸੀਂ ਗੁਰਦਾਸਪੁਰ ਤੋਂ ਬਾਅਦ ਡੇਰਾ ਬਾਬਾ ਨਾਨਕ ਹੁੰਦੇ ਹੋਏ ਜੰਮੂ ਜਾਣਾ, ਅਤੇ ਜੰਮੂ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਜਾਣਾ, ਉੱਥੇ ਸਾਡੀ ਮੀਟਿੰਗ ਹੈ ਸਿੱਖ ਸੰਗਤਾਂ ਇੰਟਲੈਕਚੁਅਲਸ ਨਾਲ। ਉਸ ਤੋਂ ਬਾਅਦ ਅਸੀਂ ਜਲੰਧਰ ਉਸ ਨੂੰ ਬਰੀਫ ਕਰਨਾ ਹੈ ਜਲੰਧਰ ਪ੍ਰੈਸ ਕਲੱਬ ਵਿੱਚ 20 ਤਰੀਕ ਨੂੰ। ਉਸ ਤੋਂ ਬਾਅਦ ਇਸ ਯਾਤਰਾ ਦਾ ਸਮਾਪਨ ਹੋਣਾ, ਉਸ ਤੋਂ ਬਾਅਦ ਫਿਰ ਅਗਲੀ ਯਾਤਰਾਵਾਂ ਦਾ ਅਸੀਂ ਉਸ ਤਰ੍ਹਾਂ ਪ੍ਰੋਗਰਾਮ ਬਣਾਵਾਂਗੇ। ਇਹ ਯਾਤਰਾ ਦਾ ਮਕਸਦ ਕੀ ਸੀ? ਸਾਡਾ ਇਹ ਹੈ ਕਿ 12-13 ਦਸੰਬਰ ਨੂੰ ਵਰਧਾ ਵਿੱਚ 50 ਕੁ ਇੰਟਲੈਕਚੁਅਲਸ ਦੀ ਮੀਟਿੰਗ ਹੋਈ, ਸਰਵ ਸੇਵਾ ਸੰਘ ਨੇ ਕੀਤੀ ਜਾਂ ਗਾਂਧੀਅਨ ਨੇ, ਇਸ ਵਿਚਾਰ ਨਾਲ ਕੀਤੀ ਕਿ ਜਿਹੜੇ ਹਾਲਾਤ ਪਿਛਲੇ 10 ਸਾਲ ਤੋਂ ਇਸ ਦੇਸ਼ ਨੇ ਦੇਖੇ ਨੇ ਜਾਂ ਭੁਗਤੇ ਨੇ, ਅਤੇ ਜੋ ਸਾਡੇ ਸਾਹਮਣੇ ਆ ਰਿਹਾ ਉਹਦੇ ਉੱਤੇ ਵਿਚਾਰ ਚਰਚਾ ਹੋਈ। ਉਸ ਵਿਚਾਰ ਚਰਚਾ ਨੂੰ ਸਾਹਮਣੇ ਰੱਖਦੇ ਹੋਏ ਕਿ ਇਸ ਦੇਸ਼ ਵਿੱਚ ਲੋਕਸ਼ਾਹੀ ਰਹੇਗੀ ਕਿ ਰਾਜਸ਼ਾਹੀ ਰਹੇਗੀ, ਸਾਡਾ ਇਹ ਮਤਲਬ ਸੀ ਕਹਿਣ ਦਾ। ਸਾਰੇ ਇਸ ਵਿਚਾਰ ਦੇ ਸਨ ਕਿ ਗਾਂਧੀ ਨੇ ਜਿਹੜਾ ਲੋਕਤੰਤਰ ਦੀ ਵਿਵਸਥਾ ਨੂੰ ਸੋਚਿਆ ਸੀ, ਜਿਹਦੇ ਕਰਕੇ ਆਜ਼ਾਦੀ ਦਿੱਤੀ ਸੀ, ਉਹ ਬਿਲਕੁਲ ਹੀ ਇੱਕ ਸਾਈਡ 'ਤੇ ਹੋ ਗਈ ਹੈ, ਅਤੇ ਇੱਕ ਪੁਰਖਾ ਜਿਹਾ ਰਾਜ ਸਾਡੇ ਸਾਹਮਣੇ ਆਇਆ। ਜਿਹੜੇ ਹਾਲਾਤ ਸਾਡੇ ਸਾਹਮਣੇ ਆਏ ਨੇ ਪਿਛਲੇ 10 ਸਾਲ ਤੋਂ, ਉਹ ਇਉਂ ਲੱਗਦਾ ਸੀ ਕਿ ਗੋਲਵਾਲਕਰ ਦੇ ਉਸ ਵਿਚਾਰ ਨੂੰ ਨੇਸ਼ਨਹੁੱਡ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਲਿਖੀ ਕਿ 2-3 ਤਾਂ ਸ਼ਾਹੂਕਾਰ ਹੋਣੇ ਚਾਹੀਦੇ ਨੇ, ਬਾਕੀ ਭਿਖਾਰੀ ਹੋ ਜਾਣੇ ਚਾਹੀਦੇ ਨੇ। ਮੈਂ ਸਮਝਦਾ ਕਿ ਮੋਦੀ ਜੀ ਦੀ ਇਸ ਸਰਕਾਰ ਨੇ 2014 ਤੋਂ ਆ ਕੇ 2-3 ਸ਼ਾਹੂਕਾਰ ਪੈਦਾ ਕਰ ਲਏ, ਉਹ ਭਾਵੇਂ ਅਡਾਣੀ ਹੈ ਅਤੇ ਭਾਵੇਂ ਕੋਈ ਵੀ ਹੈ। ਇਸ ਤੋਂ ਬਾਅਦ ਉਹਨਾਂ ਨੇ ਪੂਰੀ ਪਰਿਸੰਪਤੀ ਦੀ ਉਹਨਾਂ ਦੇ ਹੱਥ ਦਿੱਤੀਆਂ ਨੇ। ਦੂਸਰੀ ਗੱਲ ਸਾਡੇ ਸਾਹਮਣੇ ਆਈ ਕਿ ਉਹਨਾਂ ਨੇ 80% 80 ਕਰੋੜ ਨੂੰ ਉਹਨਾਂ ਨੇ ਕਲੇਮ ਕੀਤਾ ਕਿ ਅਸੀਂ ਲਾਭਾਰਥੀ ਬਣਾਤੇ, ਜੋ ਗੋਲਵਾਲਕਰ ਕਹਿ ਰਿਹਾ ਸੀ ਕਿ ਭਿਖਾਰੀ ਬਣ ਜਾਣਗੇ ਅਤੇ ਤੁਸੀਂ 50 ਸਾਲ ਰਾਜ ਕਰ ਸਕਦੇ ਹੋ। ਉਹਨਾਂ ਨੇ 80 ਕਰੋੜ ਨੂੰ 5 ਕਿਲੋ ਅਨਾਜ ਦੇ ਨਾਲ ਭਿਖਾਰੀ ਬਣਾਤਾ, ਉਹਦਾ ਨਾਂ ਲਾਭਾਰਥੀ ਰੱਖਤਾ, ਉਹਦੇ ਵੋਟਰ ਬਣ ਗਏ। ਇਸ ਹਾਲਾਤ ਨੂੰ ਦੇਖਦੇ ਹੋਏ ਸਾਰੇ ਸੱਜਣਾਂ ਨੇ, ਉਹ ਭਾਵੇਂ ਗਾਂਧੀਅਨ ਸਨ ਭਾਵੇਂ ਗੈਰ ਗਾਂਧੀਅਨ ਸਨ, ਜਿਹੜੇ ਸਮਾਜ ਦੇ ਪ੍ਰਤੀ ਸਮਰਪਿਤ ਲੋਕ ਸਨ, ਉਹਨਾਂ ਸਾਰਿਆਂ ਨੇ ਮਿਲ ਕੇ ਇਸ ਵਿਚਾਰ ਨੂੰ ਲੈ ਕੇ ਆਏ ਕਿ ਅਸੀਂ ਚੁਣੌਤੀ ਚੈਲੇਂਜ 2024 ਨੂੰ ਸਾਹਮਣੇ ਰੱਖ ਕੇ ਆਮ ਲੋਕਾਂ ਵਿੱਚ ਅਵੇਅਰਨੈਸ ਕਰਾਈ। ਇਹਨਾਂ ਵਿੱਚੋਂ ਕੋਈ ਵੀ ਨਾ ਕਿਸੇ ਪਾਰਟੀ ਪੋਲੀਟਿਕਸ ਨਾਲ ਕੋਈ ਸੰਬੰਧ ਨਹੀਂ, ਇਹ ਸਾਰੇ ਸੋਸ਼ਲ ਐਕਟੀਵਿਸਟ ਨੇ, ਇਹਨਾਂ ਸਾਰੇ ਸੋਸ਼ਲ ਸਮਾਜਿਕ ਲੋਕਾਂ ਨੇ ਜਾਂ ਜਰਨਲਿਸਟ ਨੇ ਜਾਂ ਉਹਨਾਂ ਸਾਰਿਆਂ ਨੇ ਮਿਲ ਕੇ ਇਹ ਕਿਹਾ ਕਿ ਇਸ ਨੂੰ ਸਾਨੂੰ ਕਰਨਾ ਚਾਹੀਦਾ। ਅਸੀਂ ਪਹਿਲੀ ਯਾਤਰਾ ਇਹ ਸੋਚਿਆ ਕਿ ਅਸੀਂ ਪੰਜਾਬ ਤੋਂ ਇਸ ਨੂੰ ਇਨੀਸ਼ੀਏਟ ਕਰੀਏ। ਸਾਨੂੰ ਖੁਸ਼ੀ ਹੈ ਕਿ ਜੰਮੂ ਤੋਂ ਵੀ ਸਾਨੂੰ ਮੈਸੇਜ ਆਇਆ ਕਿ ਤੁਸੀਂ ਜੰਮੂ ਵੀ ਆਇਆ, ਅਸੀਂ 18 ਤਰੀਕ ਜੰਮੂ ਹੋਣਾ। ਇਸ ਵਿਚਾਰ ਨੂੰ ਲੈ ਕੇ ਅਸੀਂ ਸਾਡੇ ਸਾਹਮਣੇ ਇਹਨਾਂ ਦੇ ਵਿੱਚ ਆਏ। ਸਾਡੇ ਨਾਲ ਮੈਂ ਦਇਆ ਸਿੰਘ, ਮੇਰੇ ਨਾਲ ਆਨੰਦ ਵਰਧਨ, ਇਹ ਜਰਨਲਿਸਟ ਨੇ, ਮੇਰੇ ਨਾਲ ਕ੍ਰਿਸ਼ਨ ਪ੍ਰਸਾਦ ਜੀ ਹੈਦਰਾਬਾਦ ਤੋਂ ਨੇ, ਇਹ ਬਖਤਾਵਰ ਸਿੰਘ ਜੀ ਪੰਜਾਬ ਤੋਂ ਇਹ ਕੋਆਰਡੀਨੇਟ ਕਰ ਰਹੇ ਨੇ ਸਾਰੀ ਪੰਜਾਬ ਦੇ, ਰਾਮ ਧੀਰਜ ਨੇ ਇਹ ਗਾਂਧੀਅਨ ਨੇ ਸਰਵ ਸੇਵਾ ਸੰਘ ਦੇ ਨੇ, OP ਸ਼ਾਹ ਨੇ ਇਹ ਜੇ ਕੈਲਕਟਾ ਤੋਂ ਨੇ, ਅਰਵਿੰਦ ਖੁਸ਼ਵਾਹ ਨੇ, ਇਹ ਸਾਰੇ ਲੋਕ
ਕੈਪਟਨ ਗੁੰਮਨ ਨੇ ਚੰਡੀਗੜ੍ਹ ਤੋਂ ਨੇ, ਤਾਂ ਇਹ ਸਾਰੇ ਅਕੇਲੇ ਇਹੀ ਨਹੀਂ, ਬਹੁਤ ਸਾਰੇ ਲੋਕ, ਅਸੀਂ ਕੇਵਲ ਇਹ ਸੋਚ ਕੇ ਚੱਲੇ ਕਿ ਬਹੁਤ ਸਾਰੇ ਲੋਕਾਂ ਨੂੰ ਨਾਂ ਲੈ ਕੇ ਚੱਲੀਏ, ਲੋਕਾਂ ਦੇ ਨਾਲ ਗੱਲ ਕਰਨੀ ਹੈ, ਅਤੇ ਅਸੀਂ ਕੋਈ 10 ਬੰਦਿਆਂ ਦੀ ਇੱਕ ਟੀਮ ਆਈ ਹੈ ਸਾਡੀ, ਇਹ ਪੂਰੇ ਪੰਜਾਬ ਦੇ ਇਸ ਦੌਰੇ ਨੂੰ ਕਰੇਗੀ। ਉਸ ਤੋਂ ਬਾਅਦ ਅਗਲਾ ਦੌਰਾ ਸਾਨੂੰ ਇਹ ਕਿਹਾ ਜਾ ਰਿਹਾ ਕਿ ਮਾਲਵਾ ਦਾ ਦੌਰਾ ਵੀ ਕੀਤਾ ਜਾਏ, ਕਿਉਂਕਿ ਇਹ ਮਾਝਾ ਅਤੇ ਦੁਆਬਾ ਦੌਰਾ ਹੋ ਜਾਏਗਾ, ਉਸ ਤੋਂ ਬਾਅਦ ਜਿਹੜਾ ਮਾਲਵਾ ਹੈ ਉਹਦਾ ਵੀ ਦੌਰਾ ਜਿਹੜਾ ਕੀਤਾ ਜਾਏਗਾ। ਇਸ ਹਾਲਾਤ ਨੂੰ ਅਸੀਂ ਕੱਲ੍ਹ ਹਰਿਆਣਾ ਵਿੱਚ ਸੀ ਗਾਂਧੀ ਨਿਧੀ 'ਚ, ਉਸ ਤੋਂ ਬਾਅਦ ਅਸੀਂ ਪਾਣੀਪਤ ਸੀ, ਲੋਕਾਂ ਦੇ ਨਾਲ ਅਸੀਂ ਗੱਲ ਕੀਤੀ। ਇਹ ਅਸੀਂ ਮੰਨਦੇ ਹਾਂ ਕਿ ਇੱਥੋਂ ਦਾ 80% ਪਾਪੂਲੇਸ਼ਨ ਜਿਹੜੀ ਮੂਕ ਦਰਸ਼ਕ ਹੈ, ਜਿਹੜੀ ਬੋਲ ਨਹੀਂ ਰਹੀ, ਅੰਦਰੋਂ ਉਹ ਦੁਖੀ ਹੈ, ਅੰਦਰੋਂ ਉਸ ਨੂੰ ਬੇਰੁਜ਼ਗਾਰੀ ਦੇ ਤੋਂ ਦੁਖੀ ਹੈ, ਜਿਹੜੀ ਮਹਿੰਗਾਈ ਉੱਥੇ ਵੱਧ ਰਹੀ ਹੈ ਉਸ ਤੋਂ ਦੁਖੀ ਹੈ, ਪਰ ਕਿਉਂਕਿ ਇਹ ਧਾਰਮਿਕ ਧਰਮ ਦਾ ਮੁਲੰਮਾ ਚੜ੍ਹਾ ਕੇ ਉਸ ਸਾਰੀ ਚੀਜ਼ ਨੂੰ ਦਬਾਇਆ ਜਾ ਰਿਹਾ, ਇਹ ਗੱਲ ਅਸੀਂ ਮਹਿਸੂਸ ਕੀਤੀ ਹੈ। ਇਹ ਹੋ ਸਕਦਾ ਕਿ ਉਸਨੂੰ ਵੋਕਲ ਕਿਵੇਂ ਕੀਤਾ ਜਾਏ, ਇਹ ਸਾਡੇ ਸਾਹਮਣੇ ਸਵਾਲ ਹੈ, ਤਾਂ ਕਿ ਉਹ ਆਪਣੀ ਗੱਲ ਕਹਿਣ ਦੀ ਹਿੰਮਤ ਕਰ ਸਕਣ, ਲੋਕਾਂ ਦੇ ਨਾਲ ਆਪਣੀ ਗੱਲ ਕਹਿ ਸਕਣ। ਅਸੀਂ ਤਾਂ ਕੇਵਲ ਉਹਨਾਂ ਦੀ ਆਵਾਜ਼ ਬਣਨ ਆਏ ਹਾਂ, ਤਾਂ ਕਿ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਈ ਜਾ ਸਕੇ। Subscribe to One India channel and never miss an update.